ਹੈਲੋ ਦੋਸਤੋ ਮੈਂ ਕਿਰਤ ਸਿੰਘ ਗਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰੇਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਬਈ ਪੰਜਾਬ ਪੁਲਿਸ ਕਨਸਟੇਬਲ ਵਾਸਤੇ ਆਪਾਂ ਐਵਰੀ ਸੰਡੇ ਇੱਕ ਮੌਕ ਟੈਸਟ ਕੰਡਕਟ ਕਰਦੇ ਹਾਂ ਠੀਕ ਹੈ ਤੇ ਇਸ ਵਾਰ ਵਾਰੀ ਹੈ 6ਵੇਂ ਮੌਕ ਟੈਸਟ ਦੀ ਠੀਕ ਹੈ ਨਾ ਤੇ 6ਵਾਂ ਮੌਕ ਟੈਸਟ ਕੱਲ ਸੰਡੇ ਨੂੰ ਆਪਾਂ ਨੇ ਕੰਡਕਟ ਕਰਨਾ ਹੈ ਬਈ ਠੀਕ ਹੈ ਤੇ ਜਿਹੜੇ ਸਟੂਡੈਂਟ ਨਵੇਂ ਹੈਗੇ ਆ ਉਹਨਾਂ ਨੂੰ ਮੈਂ ਦੱਸਣਾ ਚਾਹਦਾ ਵੀ ਕਿਦਾਂ ਆਪਾਂ ਟੈਸਟ ਐਵਰੀ ਸੰਡੇ ਜਿਹੜਾ ਉਹ ਅਟੈਂਪਟ ਕਰ ਸਕਦੇ ਆ ਬਾਕੀ ਜਿਹੜੇ ਪੁਰਾਣੇ ਸਟੂਡੈਂਟ ਆ ਉਹਨਾਂ ਨੂੰ ਤਾਂ ਪਤਾ ਹੀ ਹੈ ਠੀਕ ਹੈ ਨਵੇਂ ਸਟੂਡੈਂਟ ਆ ਜਿਹੜੇ ਉਹ ਵੀਡੀਓ ਨੂੰ ਪੂਰੀ ਦੇਖਿਓ ਬੇਸਿਕ ਸਪੀਡ 'ਚ ਕਰਕੇ ਦੇਖਿਓ ਸਕਿਪ ਕਰ ਕਰਕੇ ਨਾ ਦੇਖਿਓ ਨਹੀਂ ਤਾਂ ਫਿਰ ਪਤਾ ਨਹੀਂ ਲੱਗਦਾ ਤੁਸੀਂ ਫਿਰ ਸੰਡੇ ਵਾਲੇ ਦਿਨ ਪਰੇਸ਼ਾਨ ਹੁੰਦੇ ਹੋ ਕਿ ਸਰ ਟੈਸਟ ਕਿੱਦਾਂ ਹੋਣਾ ਹਨਾ ਕਾਲ ਕਰਦੇ ਹੋ ਫਿਰ ਉਹ ਇਸ਼ੂ ਹੁੰਦੇ ਆ ਤਾਂ ਇੱਕ ਵਾਰ ਵੀਡੀਓਜ਼ ਨੂੰ ਸਪੀਡ 'ਚ ਕਰਕੇ ਦੇਖ ਲਿਓ ਬਟ ਸਕਿਪ ਕਰਕੇ ਨਾ ਦੇਖਿਓ ਠੀਕ ਹੈ ਤਾਂ ਛੇਮਾ ਮੋਕ ਟੈਸਟ ਆਪਾਂ ਕੰਡਕਟ ਕਰਾਵਾਂਗੇ ਬਈ ਐਵਰੀ ਸੰਡੇ ਹੁੰਦਾ ਹੈ ਪੰਜਾਬ ਪੁਲਿਸ ਕਨਸਟੇਬਲ ਵਾਸਤੇ ਮੋਕ ਟੈਸਟ ਪੂਰੇ 100 ਨੰਬਰ ਦਾ ਮੋਕ 2023 ਯਾਨੀ ਸੰਡੇ ਵਾਲੇ ਦਿਨ ਯਾਨੀ ਕਿ ਕੱਲ ਹੋਏਗਾ ਬਈ ਕਦੋਂ ਸ਼ੁਰੂ ਹੋ ਜਾਏਗਾ ਸਵੇਰੇ 5 ਵਜੇ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਕਦੋਂ ਸਵੇਰੇ 5 ਵਜੇ ਕਿਉਂਕਿ ਪਹਿਲਾਂ ਆਪਾਂ ਨੇ ਸ਼ੁਰੂ ਕਰਿਆ ਸੀਗਾ 9 ਵਜੇ ਬਟ ਬਹੁਤ ਜੇ ਸਟੂਡੈਂਟਾਂ ਨੂੰ ਇੱਕ ਇਸ਼ੂ ਰਹਿੰਦਾ ਹੈ ਕਿ ਸਰ ਟਾਈਮ ਨਹੀਂ ਹੁੰਦਾ ਆਪਣੇ ਕੋਲ ਆਪਾਂ ਨੇ ਸਵੇਰੇ 9 ਵਜੇ ਕਿਤੇ ਜਾਣਾ ਹੁੰਦਾ ਹੈ ਇਹ ਹੈ ਉਹ ਹੈ ਇਦਾਂ ਦੇ ਮਤਲਬ ਤੁਹਾਨੂੰ ਪਤਾ ਹੀ ਹੈ ਹਨਾ ਐਕਸਕਿਊਜ਼ ਤੁਹਾਡੇ ਵਾਲੇ ਹਨਾ ਬਟ ਆਪ ਕੋਈ ਚੱਕਰ ਨਹੀਂ ਟੈਸਟ ਆਪਾਂ ਜ਼ਰੂਰ ਲਾਵਾਂਗੇ ਤੁਹਾਡੇ ਤੋਂ ਤਾਂ ਆਪਾਂ ਨੇ ਟੈਸਟ ਦਾ ਟਾਈਮ ਰੱਖਿਆ ਵੀ ਸਵੇਰੇ 5 ਵਜੇ ਤਾਂ ਸਵੇਰੇ 5 ਵਜੇ ਦਾ ਟਾਈਮ ਹੋ ਸਕਦਾ ਹੈ ਠੀਕ ਹੈ ਤੁਸੀਂ ਆਪਣੇ ਵਾਸਤੇ ਦਾ ਟਾਈਮ ਕੱਢ ਹੀ ਸਕਦੇ ਹੋ ਤਾਂ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਟੈਸਟ ਪੋਰਟਲ ਓਪਨ ਰਹੇਗਾ ਟੈਸਟ ਤੁਹਾਡਾ ਓਪਨ ਰਹੇਗਾ ਬਈ ਠੀਕ ਹੈ ਟੈਸਟ ਤੁਸੀਂ ਦੇ ਸਕਦੇ ਹੋ ਠੀਕ ਹੈ ਤੇ ਬਈ ਜਿਹੜੇ ਬੱਚੇ ਨਵੇਂ ਹੈਗੇ ਆ ਜਿਹੜੇ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਆ ਪਾਲਿਟੀ ਦੇਖੋ ਪੰਜਾਬ ਪੁਲਿਸ ਦੇ ਪੇਪਰ ਦੇ ਵਿੱਚ ਪਾਲਿਟੀ ਤੇ ਪੰਜਾਬ ਜੀ ਕੇ ਇਹ ਦੋ ਸਬਜੈਕਟਾਂ ਦਾ ਬਹੁਤ ਜ਼ਿਆਦਾ ਵੇਟੇਜ ਹੈ ਜਿਹੜੀ ਰਹਿੰਦੀ ਹੈ ਹਨਾ ਤਾਂ ਮੈਂ 1500 MCQ 1500 ਤੋਂ ਵੀ ਜ਼ਿਆਦਾ ਹੀ MCQ ਹੈ ਜਿਹੜੇ ਇੰਡੀਅਨ ਪਾਲਿਟੀ ਦੇ ਭਾਰਤ ਦੇ ਸੰਵਿਧਾਨ ਦੇ ਡਿਸਕਸ ਕਰੇ ਆ YouTube ਦੇ ਉੱਤੇ ਫ੍ਰੀ ਕਲਾਸਾਂ ਪਈਆਂ 22 ਕਲਾਸਾਂ ਹੈਗੀਆਂ ਇਸ ਤੋਂ ਇਲਾਵਾ ਇੱਕ 12 ਘੰਟੇ ਦੀ 8 ਘੰਟੇ ਦੀ ਸੌਰੀ ਮੈਰਾਥਨ ਵੀ ਹੈ ਤਾਂ ਇਹ ਜ਼ਰੂਰ ਦੇਖਣ ਠੀਕ ਹੈ ਜੀ ਇੰਡੀਅਨ ਪਾਲਿਟੀ ਦੇ ਐਮਸੀਕਿਊ ਹੈਗੇ ਆ ਬਾਕੀ ਜੇ ਇੰਡੀਅਨ ਪਾਲਿਟੀ ਦਾ ਕੋਰਸ ਲੈਣਾ ਤਾਂ ਉਹ ਕੋਰਸ ਵੀ ਤੁਹਾਨੂੰ ਮਿਲ ਜੇਗਾ ਕੰਪਲੀਟ ਥਿਉਰੀ ਉਹਦੇ ਚ ਕਰਾਈ ਹੋਈ ਹੈ ਕੰਪਲੀਟ 1000 ਤੋਂ ਵੱਧ ਮਤਲਬ 1500 ਕੁਐਸਚਨ ਨੇ ਜਿਨ੍ਹਾਂ ਦੀ ਪ੍ਰੈਕਟਿਸ ਕਰਾਈ ਹੋਈ ਹੈ ਉਹ ਤਾਂ ਮੈਂ YouTube ਤੇ ਵੀ ਕਰਾਏ ਹੋਏ ਆ ਠੀਕ ਹੈ PDF ਮਿਲ ਜੇਗੀ ਤੁਹਾਨੂੰ ਪੰਜਾਬੀ ਤੇ ਅੰਗਰੇਜ਼ੀ ਦੋਹਾਂ ਦੇ ਵਿੱਚ ਇਹ ਇੰਡੀਅਨ ਪਾਲਿਟੀ ਦਾ ਕੱਲੀ ਇੰਡੀਅਨ ਪਾਲਿਟੀ ਦਾ ਕੋਰਸ ਹੈ ਤੇ ਇਹ ਤੁਹਾਨੂੰ ਸਿਰਫ ਸਿਰਫ 250 ਰ ਤੇ ਇਸ ਤੋਂ ਬਾਹਰ ਪੋਲਿਟੀ ਨਹੀਂ ਯਾਨੀ ਪੰਜਾਬ ਪੁਲਿਸ ਦੇ ਪੇਪਰਾਂ ਦੇ ਵਿੱਚ ਜੇ ਇਹ ਕੋਰਸ ਤੁਸੀਂ ਕਰਿਆ ਹੋਇਆ ਪੋਲਿਟੀ ਦੇ ਸਾਰੇ ਕੁਐਸਚਨ ਅਟੈਂਪਟ ਕਰ ਲਓਗੇ ਠੀਕ ਹੈ ਇਹ ਟੈਸਟ ਦੇਣਾ ਕਿਦਾਂ ਹੁਣ ਆਪਾਂ ਆਪਣੇ ਟੌਪਿਕ ਤੇ ਚੱਲਦੇ ਹਾਂ ਟੈਸਟ ਦੇਣਾ ਕਿਦਾਂ ਜੀ ਤਾਂ ਟੈਸਟ ਠੀਕ ਹੈ ਇਹ ਤਾਂ ਡੇਲੀ ਕਲਾਸਾਂ ਦੀ ਟਾਈਮਿੰਗ ਹੈ ਫ੍ਰੀ ਕਲਾਸ ਜਿਹੜੀ ਹੁੰਦੀ ਹੈ ਸਵੇਰੇ 7:30 ਵਜੇ ਕਰੀ ਸ਼ਾਮ ਨੂੰ 7:30 ਵਜੇ ਜੀਕੇ ਦੀ ਕਲਾਸ ਹੁੰਦੀ ਹੈ ਪ੍ਰੈਕਟਿਸ ਕਰਦੇ ਆਪਾਂ ਇਹਦੇ 'ਚ ਤੇ ਸ਼ਾਮ ਨੂੰ 8:30 ਵਜੇ ਮੈਚ ਦੀ ਪ੍ਰੈਕਟਿਸ ਕਲਾਸ ਹੁੰਦੀ ਹੈ ਠੀਕ ਹੈ ਤੇ ਪੰਜਾਬੀ A ਜਿਹੜੀ ਆਣੀ ਹੈ ਪੇਪਰਾਂ ਦੇ ਵਿੱਚ ਉਹਦਾ ਵੀ ਇੱਕ ਕੋਰਸ ਆਪਣੇ ਕੋਲ ਹੈਗਾ ਵੀ ਰਪਿੰਦਰ ਸਰ ਦਾ ਕੋਰਸ ਹੈ ਠੀਕ ਹੈ ਉਹ ਵੀ ਤੁਸੀਂ ਬਾਈ ਕਰ ਸਕਦੇ ਹੋ ਉਹਦਾ ਪ੍ਰਾਈਸ ਵੀ 250 ਹੈ ਠੀਕ ਹੈ ਟੈਸਟ ਦੇਣਾ ਕਿਦਾਂ ਹੈ ਜੀ ਟੈਸਟ ਦੇਣ ਵਾਸਤੇ ਤੁਸੀਂ ਸਭ ਤੋਂ ਪਹਿਲਾਂ ਐਪ ਡਾਊਨਲੋਡ ਕਰਨੀ ਹੈ ਐਪ ਕਿਹੜੀ ਹੈ ਆਪਣੀ ਪ੍ਰਤਾਪ ਅਕੈਡਮੀ ਐਪ ਹੈ ਇਹ ਐਪ ਦਾ ਨਾਮ ਹੈਗਾ ਆ ਐਦਾਂ ਦਾ ਲੋਗੋ ਹੈ ਠੀਕ ਹੈ ਤਾਂ Google Play Store ਤੇ ਜਾਓ ਜਿਹੜਾ ਵੀ ਤੁਹਾਡਾ Google Play Store ਜੋ ਵੀ ਹੈ ਹਨਾ ਉੱਥੇ ਜਾਓ ਉੱਥੇ ਜਾ ਕੇ ਐਪ ਡਾਊਨਲੋਡ ਕਰੋ ਜਿਹੜੇ iPhone ਵਾਲੇ ਆ ਬਈ ਉਹ My Institute ਐਪ ਡਾਊਨਲੋਡ ਕਰਨਗੇ ਇਹ My Institute ਐਪ ਦਾ ਲੋਗੋ ਹੈ ਠੀਕ ਹੈ ਤੇ ਸਿਰਫ iPhone ਵਾਲੇ ਇਹ ਯਾਦ ਰੱਖੋ ਕਿ ਉਹਨਾਂ ਨੂੰ ਇੱਕ ਕੋਡ ਮੰਗਿਆ ਜਾਂਦਾ ਤਾਂ ਕੋਡ ਹੈਗਾ PYXIV ਨੋਟ ਕਰ ਲਿਓ ਠੀਕ ਹੈ ਤੁਸੀਂ ਸਕਿਪ ਕਰ ਕਰਕੇ ਵੀਡੀਓ ਦੇਖਦੇ ਹੋ ਫਿਰ ਬਾਅਦ ਚ ਕਾਲ ਕਰਦੇ ਹੋ ਕਿ ਸਰ ਆਰਗੇਨਾਈਜੇਸ਼ਨ ਕੋਡ ਕੀ ਹੈ ਤਾਂ PYXIV ਆਰਗੇਨਾਈਜੇਸ਼ਨ ਕੋਡ ਹੈ ਇਹਨੂੰ ਧਿਆਨ ਨਾਲ ਨੋਟ ਕਰ ਲਿਓ ਵੀਜੀਬਲ ਹੈ ਨਾ ਬਿਲਕੁਲ ਫਿਰ ਉਸ ਤੋਂ ਬਾਅਦ ਤੁਹਾਡੀ ਐਪ ਚੱਲ ਜਾਂਦੀ ਹੈ ਬਈ ਠੀਕ ਹੈ ਬਾਕੀ ਇਹ ਦੋ ਆਪਣੇ ਨੰਬਰ ਹੈ ਇਹਨਾਂ ਤੇ ਕੋਈ ਵੀ ਸਮੱਸਿਆ ਆਈ ਤਾਂ ਇਹਨਾਂ ਤੇ ਕਾਲ ਕਰ ਲਿਓ ਤੇ ਆਈਫੋਨ ਵਾਲੇ ਬਈ ਸਕਰੀਨਸ਼ਾਟ ਨਾ ਲਿਆ ਕਰੋ ਠੀਕ ਹੈ ਨਹੀਂ ਤਾਂ ਐਪ ਵਾਲਿਆਂ ਨੇ ਬਲੌਕ ਕਰ ਦੇਣਾ ਤੁਹਾਨੂੰ ਠੀਕ ਹੈ ਇਹ ਟੈਲੀਗ੍ਰam ਚੈਨਲ ਹੈ ਜੀ ਪ੍ਰਤਾਪ ਅਕੈਡਮੀ ਦੇ ਨਾਂ ਤੋਂ ਇੱਥੇ ਤੁਹਾਨੂੰ ਜਦੋਂ ਟੈਸਟ ਸ਼ੁਰੂ ਹੁੰਦਾ ਮੈਸੇਜ ਮਿਲ ਜਾਂਦਾ ਜਾਂ ਕਲਾਸਾਂ ਦੇ ਲਿੰਕ ਮਿਲਦੇ ਆ ਜਿਹੜੀ ਫ੍ਰੀ ਕਲਾਸ ਆਪਾਂ ਪ੍ਰੋਵਾਈਡ ਕਰਦੇ ਆ ਤਾਂ ਜਦੋਂ ਤੁਸੀਂ ਐਪ ਡਾਊਨਲੋਡ ਕਰ ਲੋਗੇ ਸਭ ਤੋਂ ਪਹਿਲਾ ਪੇਜ ਇਹੋ ਜਿਹਾ ਕੁਝ ਆਂਦਾ ਹੈ ਠੀਕ ਹੈ ਇਥੇ ਲਿਖਿਆ ਹੁੰਦਾ ਪ੍ਰਤਾਪ ਅਕੈਡਮੀ ਐਗਜ਼ਾਮ ਕੀ ਜਿੱਥੇ ਲਿਖਿਆ ਹੁੰਦਾ ਨਾ ਸਭ ਤੋਂ ਉੱਪਰ ਟੌਪ ਦੇ ਉੱਤੇ ਇੱਥੇ ਇੱਕ ਮੀਨੂ ਬਾਰ ਦਾ ਆਪਸ਼ਨ ਬਣਿਆ ਹੁੰਦਾ ਇੱਥੇ ਕਲਿੱਕ ਕਰਨਾ ਹੈ ਤੁਸੀਂ ਠੀਕ ਹੈ ਇੱਥੇ ਕਲਿੱਕ ਕਰੋਗੇ ਦੇਖੋ ਇਹ ਹੈਗਾ ਸਟੈਪ 1 ਹਨਾ ਸਟੈਪ 1 ਕੀ ਹੈ ਇੱਥੇ ਕਲਿੱਕ ਕਰਨਾ ਹੈ ਇੱਥੇ ਕਲਿੱਕ ਕਰਨ ਤੋਂ ਬਾਅਦ ਫਿਰ ਤੁਹਾਡੇ ਅੱਗੇ ਇਹੋ ਜਿਹਾ ਪੇਜ ਆ ਜਾਂਦਾ ਹੈ ਠੀਕ ਹੈ ਇੱਥੇ ਤੁਹਾਡਾ ਨਾਮ ਲਿਖਿਆ ਹੁੰਦਾ ਓਕੇ ਇੱਥੇ ਤੀਜੇ ਨੰਬਰ ਤੇ ਜਾ ਕੇ ਆਪਸ਼ਨ ਆਉਂਦਾ ਹੈ ਫ੍ਰੀ ਟੈਸਟ ਦਾ ਕਿਹੜਾ ਆਪਸ਼ਨ ਆਉਂਦਾ ਹੈ ਫ੍ਰੀ ਟੈਸਟ ਦਾ ਇੱਥੇ ਕਲਿੱਕ ਕਰਨਾ ਹੈ ਬਈ ਫ੍ਰੀ ਟੈਸ ਫਰੀ ਟੈਸਟ ਦੇ ਉੱਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਹਾਨੂੰ ਇਹ ਇਦਾਂ ਦਾ ਇੱਕ ਪੋਰਸ਼ਨ ਆ ਜਾਂਦਾ ਤੁਹਾਡੇ ਅੱਗੇ ਇਦਾਂ ਦੀ ਇੱਕ ਸਲਾਈਡ ਆ ਜਾਂਦੀ ਹੈ ਠੀਕ ਹੈ ਇਹਦੇ ਉੱਤੇ ਫਰੀ ਟੈਸਟ ਆ ਜਾਂਦੇ ਜਿੰਨੇ ਵੀ ਚੱਲਦੇ ਆ ਠੀਕ ਹੈ ਜੇ ਤੁਸੀਂ ਆਨ ਗoing ਟੈਸਟ ਚ ਦੇਖੋਗੇ ਤਾਂ ਜਿਹੜੇ ਟੈਸਟ ਚੱਲ ਰਹੀ ਹੁੰਦੇ ਆ ਮੰਨ ਲਓ ਕੱਲ ਨੂੰ ਤੁਸੀਂ 11 12 ਵਜੇ ਆਓਗੇ ਤਾਂ ਉਸ ਟਾਈਮ ਟੈਸਟ ਚੱਲਦਾ ਹੁੰਦਾ ਹੈ ਤਾਂ ਆਨ ਗoing ਟੈਸਟ 'ਚ ਤੁਹਾਨੂੰ ਮਿਲ ਜੇਗਾ ਜੀ ਫਰੀ ਫਰੀ ਪੰਜਾਬ ਪੁਲਿਸ ਕਨਸਟੇਬਲ ਮੋਕ ਟੈਸਟ ਨੰਬਰ 6 ਉਹਦੇ 'ਤੇ ਤੁਸੀਂ ਕਲਿੱਕ ਕਰੋਗੇ ਟੈਸਟ ਚੱਲ ਜਾਏਗਾ ਤੁਹਾਡਾ ਠੀਕ ਹੈ ਜੇ ਤੁਸੀਂ ਹੁਣੇ ਦੇਖੋਗੇ ਜਾ ਕੇ ਹੁਣੇ ਤੁਹਾਨੂੰ ਅਪਕਮਿੰਗ ਚ ਆਊਗਾ ਜਾ ਕੇ ਠੀਕ ਹੈ ਹਲੇ ਟੈਸਟ ਸ਼ੁਰੂ ਨਹੀਂ ਹੋਇਆ ਮੰਨ ਲਓ ਅੱਜ ਦੀ ਤਰੀਕ ਨੂੰ ਤਾਂ ਸੰਡੇ ਵਾਲੇ ਦਿਨ ਤੁਹਾਨੂੰ ਆਨਗੋਇੰਗ ਚ ਮਿਲੇਗਾ ਤੇ ਜਦੋਂ ਤੁਸੀਂ ਟੈਸਟ ਕਰ ਲੈਂਦੇ ਹੋ ਉਸ ਤੋਂ ਬਾਅਦ ਤੁਸੀਂ ਆਪਣਾ ਰਿਜ਼ਲਟ ਵਗੈਰਾ ਚੈੱਕ ਕਰਨਾ ਤਾਂ ਉਹ ਤੁਸੀਂ ਅਟੈਂਪਟ ਚ ਕਰ ਸਕਦੇ ਹੋ ਇਹ ਤਿੰਨੇ অপਸ਼ਨ ਹੈਗੇ ਆ ਤਾਂ ਇਹਨਾਂ ਨੂੰ ਤੁਸੀਂ ਟਰਾਈ ਕਰਕੇ ਦੇਖਿਓ ਠੀਕ ਹੈ ਨਾ ਕਈ ਬੱਚੇ ਤਾਂ ਇਹਨਾਂ ਦੇ ਵਿੱਚ ਵੀ ਕਨਫਿਊਜ਼ ਰਹਿੰਦੇ ਹੈ ਜਦੋਂ ਤੁਸੀਂ ਟੈਸਟ ਅਟੈਂਪਟ ਕਰ ਲੈਂਦੇ ਹੋ ਜੀ ਤੁਹਾਨੂੰ ਇਹੋ ਜਿਹਾ ਕੁਝ ਦੇਖਣ ਨੂੰ ਮਿਲਦਾ ਹੈ ਠੀਕ ਹੈ ਤੁਹਾਡਾ ਰਿਜ਼ਲਟ ਆਉਂਦਾ ਹੈ ਤੁਹਾਡਾ ਸਕੋਰ ਦੱਸਦਾ ਹੈ ਵੀ ਹਾਂ ਤੁਹਾਡੇ 100 ਦੇ ਵਿੱਚੋਂ ਕਿੰਨੇ ਨੰਬਰ ਹੈਗੇ ਆ ਮੰਨ ਲਓ 55 ਨੰਬਰ ਆਏ ਆ ਤੁਹਾਡੇ ਠੀਕ ਹੈ ਕਿੰਨਾ ਟਾਈਮ ਤੁਸੀਂ ਲਿਆ ਇਹ ਸਾਰਾ ਕੁਝ ਤੁਹਾਨੂੰ ਸ਼ੋਅ ਕਰਦਾ ਓਕੇ ਤੇ ਨੈਕਸਟ ਡੇ ਤੁਹਾਨੂੰ ਰੈਂਕ ਵੀ ਸ਼ੋਅ ਹੁੰਦਾ ਵੀ ਤੁਹਾਡਾ ਰੈਂਕ ਕਿੰਨਾ ਸੀਗਾ ਨੈਕਸਟ ਡੇ ਹੁੰਦਾ ਹੈ ਉਹ ਕਿਉਂਕਿ ਟੈਸਟ ਹੁਣ ਪੂਰਾ ਦਿਨ ਟੈਸਟ ਚੱਲੇਗਾ ਰਾਤ ਨੂੰ 9 ਵਜੇ ਤੱਕ ਟੈਸਟ ਚੱਲਣਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਐਨਾਲਾਈਜ਼ ਕਰਕੇ ਸਾਰਾ ਕੁਝ ਜਿੰਨੇ ਬੱਚੇ ਨੇ ਪੇਪਰ ਦੇ ਆ 1000 ਬੱਚੇ 800 900 ਜਿੰਨੇ ਵੀ ਬੱਚੇ ਹੁੰਦੇ ਆ ਉਹਨਾਂ ਦੇ ਵਿੱਚੋਂ ਤੁਹਾਡਾ ਰੈਂਕ ਕੀ ਬਣਦਾ ਉਹ ਨੈਕਸਟ ਡੇ ਤੁਹਾਨੂੰ ਸ਼ੋਅ ਹੁੰਦਾ ਹੈ ਹਾਂ ਇੰਨੇ ਬੱਚੇ ਨੇ ਟੈਸਟ ਦੇਆ ਸੀਗਾ ਤੁਹਾਡਾ ਇਨਵ ਰੈਂਕ ਹੈ ਤਾਂ ਆਪਣਾ ਰੈਂਕ ਵੀ ਜਰੂਰ ਚੈੱਕ ਕਰਨਾ ਸਾਰਿਆਂ ਨੇ ਠੀਕ ਹੈ ਓਕੇ ਜੀ ਤੇ ਸਭ ਤੋਂ ਥੱਲੇ ਆ ਕੇ ਜਦੋਂ ਤੁਸੀਂ ਆਪਣੀ ਰਿਪੋਰਟ ਦੇਖਦੇ ਹੋ ਸਭ ਤੋਂ ਥੱਲੇ ਆ ਕੇ ਵੀਊ ਸੋਲੂਸ਼ਨ ਦਾ ਆਪਸ਼ਨ ਵੀ ਮਿਲਦਾ ਹੈ ਕਿਹੜਾ ਆਪਸ਼ਨ ਮਿਲਦਾ ਹੈ ਜੀ ਵੀਊ ਸੋਲੂਸ਼ਨ ਦਾ ਉਹ ਵੀਊ ਸੋਲੂਸ਼ਨ 'ਚ ਤੁਸੀਂ ਕੁਐਸਚਨਾਂ ਦੇ ਸੋਲੂਸ਼ਨ ਮਤਲਬ ਜਿਹੜਾ ਕਿਹੜਾ ਕੁਐਸਚਨ ਸਹੀ ਆ ਕਿਹੜਾ ਗਲਤ ਹੋਇਆ ਉਹ ਵੀ ਤੁਸੀਂ ਆਪਣਾ ਚੈੱਕ ਕਰ ਸਕਦੇ ਹੋ ਠੀਕ ਹੈ ਇਹਨੂੰ ਬਾਅਦ ਦੇ ਵਿੱਚ ਵੀ ਦੇਖਿਆ ਕਰੋ ਇਹ ਨਹੀਂ ਕਿ ਟੈਸਟ ਦੇ ਲਿਆ ਜੀ ਆਪਣੀ ਰਿਸਪੌਂਸਿਬਿਲਟੀ ਖਤਮ ਹੋ ਗਈ ਦੇਖਿਆ ਕਰੋ ਵੀ ਤੁਹਾਡੇ ਕਿਹੜੇ ਸਬਜੈਕਟ ਦੇ ਵਿੱਚ ਕਿੰਨੇ ਨੰਬਰ ਆ। ਆਪਾਂ ਸੈਕਸ਼ਨ ਵਾਈਜ਼ ਵੰਡੇ ਹੋਏ ਆ ਤੇ ਇੱਥੇ ਤੁਹਾਨੂੰ ਪਤਾ ਲੱਗਦਾ ਹੈ ਭਈ ਤੁਹਾਡੇ ਕਿਹੜੇ ਸੈਕਸ਼ਨ ਦੇ ਵਿੱਚ ਕਿੰਨੇ ਨੰਬਰ ਆ। ਟੋਪਰ ਦੇ ਨਾਲ ਕੰਪੇਅਰ ਕਰ ਸਕਦੇ ਹੋ ਤੁਸੀਂ ਆਪਣੇ ਆਪ ਨੂੰ ਕਿ ਟੋਪਰ ਦੇ 86 ਦਾ ਤੁਹਾਡੇ ਕਿੰਨੇ ਆ। ਟਾਪਰ ਦੇ ਮੈਥ ਦੇ ਵਿੱਚੋਂ 20 ਦੇ ਵਿੱਚੋਂ 20 ਨੰਬਰ ਹੈ ਤੁਹਾਡੇ ਮੈਥ ਦੇ ਵਿੱਚੋਂ 20 ਦੇ ਵਿੱਚੋਂ 17 ਨੰਬਰ ਹੈ ਤੁਸੀਂ ਟਾਪਰ ਤੋਂ 3 ਨੰਬਰ ਪਿੱਛੇ ਹੋ ਐਦਾਂ ਕਰਕੇ ਹਰ ਪੋਰਸ਼ਨ ਦੇ ਵਿੱਚ ਤੁਸੀਂ ਟਾਪਰ ਦੇ ਨਾਲ ਕੰਪੇਅਰ ਕਰ ਸਕਦੇ ਹੋ ਆਪਣੇ ਆਪ ਨੂੰ ਕਿ ਟਾਪਰ ਦੇ ਜੀਕੇ ਦੇ ਵਿੱਚ ਕਿੰਨੇ ਸਹੀਆਂ ਤੁਹਾਡੇ ਕਿੰਨੇ ਸਹੀਆਂ ਤੁਹਾਡੇ ਕੋੜੇ-ਕੋੜੇ ਟਾਪਿਕ ਮੈਥ ਦੇ ਵਿੱਚ ਗਲਤ ਹੋਇਆ ਸਾਰੇ ਕੁਐਸਚਨਾਂ ਦਾ ਪਤਾ ਲੱਗ ਜਾਂਦਾ ਹੈ ਉਹ ਦੇਖ ਕੇ ਉਹਦੇ ਤੇ ਕੰਮ ਕਰਿਆ ਕਰੋ ਇੱਕ ਵੀਕ ਦਾ ਟਾਰਗੇਟ ਨੈਕਸਟ ਵੀਕ ਵੀ ਮੈਂ ਆਪਣੇ ਆਪ ਨੂੰ ਇੰਪਰੂਵ ਕਰਨਾ ਇਹ ਨਹੀਂ ਕਿ ਇਸ ਵੀਕ ਬਸ ਆਪਣੀ ਰਿਸਪੌਂਸਿਬਿਲਟੀ ਖਤਮ ਕਰ ਲਈ ਕਿ ਹਾਂ ਆਪਣੇ ਟੈਸਟ ਦੇ ਆ ਜੀ ਬਸ ਗੱਲ ਖਤਮ ਹੈ ਉਸ ਤੋਂ ਬਾਅਦ ਨਾ ਟੀਚਰ ਨੂੰ ਪੁੱਛਣਾ ਕਿ ਸਰ ਇਹ ਕੁਐਸਚਨ ਕਿੱਦਾਂ ਹੋਇਆ ਕਿੱਦਾਂ ਨਹੀਂ ਇਹ ਗਲਤ ਗੱਲ ਹੈ ਠੀਕ ਹੈ ਬਾਕੀ ਬਈ ਐਪ ਦੇ ਉੱਤੇ ਮੈਥ ম্যাਜਿਕ ਦੇ ਨਾਂ ਤੋਂ ਬੈਚ ਹੈ ਜੇ ਤੁਹਾਡਾ ਮੈਥ ਬਹੁਤ ਜ਼ਿਆਦਾ ਵੀਕ ਹੈ ਠੀਕ ਹੈ ਤੇ ਤੁਹਾਨੂੰ ਮੈਥ ਨਹੀਂ ਸਮਝ ਆਉਂਦਾ ਜਿਹੜੇ ਵੀ ਤੁਸੀਂ ਅਕੈਡਮੀ ਵਿੱਚ ਲੱਗੇ ਹੋ ਮੈਂ ਦੇਖੋ ਮੈਂ ਤੁਹਾਨੂੰ ਸੀਰੀਅਸਲੀ ਗੱਲ ਦੱਸਦਾ ਇੰਨੇ ਕਾਲ ਆਉਂਦੇ ਆ ਦਿਨ ਦੇ ਵਿੱਚ ਕਿ ਸਰ ਮੈਂ ਫਲਾਣੀ ਅਕੈਡਮੀ ਦਾ ਮੈਥ ਦਾ ਕੋਰਸ ਲਿਆ ਸੀ ਮੈਂ ਫਲਾਣੀ ਅਕੈਡਮੀ 'ਚ ਪੜਿਆ ਹੋਇਆ ਮੈਨੂੰ ਮੈਥ ਫੇਰ ਵੀ ਨਹੀਂ ਸਮਝ ਆ ਰਿਹਾ ਉਹਨਾਂ ਦਾ ਠੱਗ ਲਿਆ ਸਾਨੂੰ ਐਦਾਂ ਦੇ ਮੈਸੇਜ ਆਉਂਦੇ ਆ ਤਾਂ ਬਈ ਸਿੰਪਲ ਜੀ ਗੱਲ ਹੈ ਮੈਂ ਤੁਹ YouTube ਦੇ ਉੱਤੇ ਜੋ ਹੈ ਸਾਡਾ ਉਹੀ ਐਪ ਦੇ ਵਿੱਚ ਹੈ ਆਪਾਂ ਇਹ ਨਹੀਂ ਕਿ ਹਾਂ YouTube 'ਚ ਲੱਗ ਗਿਆ ਜੀ ਐਪ 'ਚ ਲੱਗ ਗਿਆ ਆਪਣਾ ਐਦਾਂ ਦੀ ਬੇਈਮਾਨੀ ਨਹੀਂ ਠੀਕ ਹੈ ਤਾਂ ਜੋ ਚੀਜ਼ਾਂ YouTube ਤੇ ਕਰਾ ਰਹੇ ਹਾਂ ਉਹੀ ਚੀਜ਼ਾਂ ਐਪ 'ਚ ਹੁੰਦੀਆਂ ਸੇਮ ਹੈ ਠੀਕ ਹੈ ਟੈਨਸ਼ਨ ਲੈਣ ਦੀ ਕੋਈ ਗੱਲ ਨਹੀਂ ਤਾਂ ਤੁਸੀਂ ਸਾਨੂੰ YouTube ਤੇ ਦੇਖ ਸਕਦੇ ਹੋ ਜੇ ਤੁਹਾਨੂੰ ਵਧੀਆ ਲੱਗਦਾ ਦੀਪ ਸਰ ਮੈਥ ਕਰਾਉਂਦੇ ਆ ਸਾਰੇ ਚੈਪਟਰ YouTube ਦੇ ਉੱਤੇ ਆਲਰੇਡੀ ਪਏ ਆ ਠੀਕ ਹੈ ਜੇ ਤੁਹਾਨੂੰ ਉਹਨਾਂ ਨੇ ਪੜ੍ਹਾਉਣ ਦਾ ਵੇ ਵਧੀਆ ਲੱਗਦਾ ਇਹਨਾਂ ਦੇ ਤਾਂ ਤੁਸੀਂ ਇਹ ਮੈਥ ਮੈਜਿਕ ਦੇ ਨਾਂ ਨਾਲ ਜੁੜ ਸਕਦੇ ਹੋ ਮੈਥ ਮੈਜਿਕ ਬੈਚ ਆਪਣਾ ਹੈਗਾ ਤੇ ਇਹ ਤੁਹਾਨੂੰ देखो इते फीस एदी 1500 है बट थानू 1000 ਚ ਪੈ ਦੇਗਾ ਜੇ ਇੱਕ coupon use ਕਰੋਗੇ ASR30 ਕਿਹੜਾ coupon use ਕਰੋਗੇ ASR30 ਇਹ coupon ਹੈ अंकित सिंह राणा 30 ਦੇ ਨਾਮ ਤੋਂ ਤੁਹਾਨੂੰ ਡਾਇਰੈਕਟ 30% ऑफ ਮਿਲੇਗਾ ਤੇ ਇਹ ਬਈ ਇਹ ਮੇਰੀ ਗਾਰੰਟੀ ਹੈ ਇਹ ਮੇਰੀ ਗਾਰੰਟੀ ਹੈ ਤੁਹਾਨੂੰ ਮੈਥ ਡੈਫੀਨੇਟਲੀ ਸਮਝ ਆਏਗਾ ਬਸ ਤੁਹਾਨੂੰ ਜੋੜ ਘਟੋ ਆਉਣਾ ਚਾਹੀਦਾ ਜੇ ਤੁਸੀਂ ਕਹਿੰਦੇ ਹੋ ਨਾ ਵੀ ਮੈਂ ਮੈਥ ਦੇ ਵਿੱਚ ਜ਼ੀਰੋ ਐ ਤਾਂ ਜ਼ੀਰੋ ਤੋਂ ਹੀਰੋ ਬਣਾਉਣ ਦੀ ਜ਼ਿੰਮੇਵਾਰੀ ਇਹ ਸਾਡੀ ਹੈ ਓਕੇ ਇਹ ਦੀਪ ਸਰ ਕਰਕੇ ਦਿਖਾਣਗੇ ਤੁਹਾਨੂੰ ਇਹ ਗਾਰੰਟੀ ਹੈ ਮੇਰੀ ਠੀਕ ਹੈ ਤਾਂ ਟੈਨਸ਼ਨ ਨਾ ਲਓ ਬਾਕੀ ਬਈ ਪਾਲਿਟੀ ਦਾ ਬੈਚ ਹੈਗਾ ਇੰਡੀਅਨ ਪਾਲਿਟੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਜੇ ਇਥੋਂ ਇਸ ਬੈਚ ਤੋਂ ਇੰਡੀਅਨ ਪਾਲਿਟੀ ਪੜੋਗੇ ਡੈਫੀਨਿਟਲੀ ਤੁਹਾਡਾ ਪੰਜਾਬ ਦਾ ਕੋਈ ਵੀ ਪੇਪਰ ਹੋਵੇ ਪਾਲਿਟੀ ਦਾ ਕੁਐਸਚਨ ਬਾਹਰ ਨਹੀਂ ਆਣਾ ਸਾਰੇ ਕੁਐਸਚਨ ਕਰਾਏ ਹੋਏ ਆ ਮੈਂ ਠੀਕ ਹੈ ਜੀਐਸ ਦਾ ਬੈਚ ਵੀ ਹੈਗਾ ਆ ਪੰਜਾਬ ਜੀਕੇ YouTube ਦੇ ਉੱਤੇ ਸਾਰੀ ਕਲਾਸਾਂ ਪਈਆਂ ਇਹ ਮੇਰਾ ਚੈਲੰਜ ਹੈ ਬਈ ਪੰਜਾਬ ਦੀ ਕਿਸੇ ਅਕੈਡਮੀ ਨੇ ਪੰਜਾਬ ਜੀਕੇ ਤੁਹਾਨੂੰ ਨਹੀਂ ਕਰਾਈ ਹੋਈ ਇੰਨੀ ਵਧੀਆ ਇੰਨੀ ਡਿਟੇਲ ਦੇ ਵਿੱਚ ਠੀਕ ਹੈ ਤਾਂ ਪੰਜਾਬ ਜੀਕੇ ਸਾਰੀ YouTube ਦੇ ਉੱਤੇ ਪਈ ਹੈ ਜਿਹਨਾਂ ਬੱਚਿਆਂ ਨੂੰ ਨਹੀਂ ਪਤਾ ਉਹ ਜਾ ਕੇ ਚੈੱਕ ਕਰ ਲੈਣ ਠੀਕ ਹੈ ਹਿਸਟਰੀ ਦਾ ਕੋਰਸ ਵੀ ਹੈਗਾ ਬਾਕੀ ਪੰਜਾਬ ਪੁਲਿਸ ਪਟਵਾਰੀ ਇਹਨਾਂ ਸਾਰੇ ਪੇਪਰਾਂ ਦੇ ਕੋਰਸ ਹੈਗੇ ਆ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਤੁਹਾਨੂੰ ਮਿਲਦੇ ਆ ਨੈਕਸਟ ਕਲਾਸ ਦੇ ਵਿੱਚ ਤੇ ਇੱਕ ਹੋਰ ਸੁਪਰ ਇੰਪੋਰਟੈਂਟ ਇਨਫੋਰਮੇਸ਼ਨ ਹੈ ਕੱਲ ਮੈਰਾਥਨ ਵੀ ਹੋਏਗੀ ਬਾਈ ਸਵੇਰੇ 9 ਵਜੇ ਠੀਕ ਹੈ ਪਰ ਮੈਨੂੰ ਪਤਾ ਹੁਣ ਤੱਕ ਤਾਂ ਚੈਨੇ ਵੀਡੀਓ ਬੈਕ ਵੀ ਕਰਦੀ ਹੋਣੀ ਚੱਲ ਕੋਈ ਗੱਲ ਨਹੀਂ ਠੀਕ ਹੈ ਜਿਨ੍ਹਾਂ ਨੂੰ ਪਤਾ ਲੱਗਿਆ ਉਹਨਾਂ ਵਾਸਤੇ ਕੱਲ ਨੂੰ ਸਵੇਰੇ 9 ਵਜੇ ਮਿਲਦੇ ਆ ਮੈਰਾਥਨ ਦੇ ਵਿੱਚ ਤੁਹਾਨੂੰ ਠੀਕ ਹੈ ਓਕੇ ਬਾਏ ਥੈਂਕ ਯੂ